ਅੱਜ ਮੇਰੇ ਨਾਲ ਕ੍ਰਿਕਟ ਦਾ ਇੱਕ ਬੜਾ ਵੱਡਾ ਫੈਨ ਬੈਠ ਹੋਇਆ ਤੇ ਮੇਰਾ ਬੜਾ ਦਿਲ ਕਰਦਾ ਪਿਆ ਵੀ ਉਹਨੂੰ ਵੇਖ ਕੇ ਮੈਂ ਆਖਾਂ ਹੁਣ ਆਰਾਮ ਹੀ ਹਾਂ ਬਿਲਕੁਲ ਮੈਂ ਬੜਾ ਮਤਮਨਾ ਸਕੂਨ ਚਿੱਲ ਮੋਲ ਭਜਨੋ ਪਾਕਿਸਤਾਨੀ ਟੀਮ ਗਈ ਹੋਈ ਹੈ ਵਰਲਡ ਕੱਪ ਖੇਡਣ ਨੂੰ ਤੇ ਉਹ ਕੀ ਹਾਲਾਤ ਚੱਲਦੇ ਪੈਨ ਕਿਹੜੀ ਟੀਮ ਪਾਕਿਸਤਾਨੀ ਟੀਮ ਇੰਡੀਆ ਨਹੀਂ ਗਈ ਹੋਈ ਆ ਨਹੀਂ ਆ ਉਹ ਤੇ ਬਾਬਰ ਆਜ਼ਮ ਗਿਆ ਹੋਇਆ ਆਪਣੇ ਬੇਲੀਆਂ ਨਾਲ ਸ਼ਹਿਰ ਸਪਟਾ ਕਰਨ ਉਹ ਸਾਕਿਆ ਬਿਚਲੋ ਕੋਈ ਗੱਲ ਨਹੀਂ ਇੱਥੇ ਜਾਟ ক্রিকেট ਵੀ ਖੇਢੀ ਚੱਲੀ ਹੈ ਨਾਲੇ ਕਰਾਮਾਤ ਵੀ ਖਾਈ ਚੱਲੀ ਹੈ ਕਰਾਮਾਤ ਕਿਹੜੀਆਂ ਤੂੰ ਕਰਾਮਾਤ ਨਹੀਂ ਵੇਖੀਆਂ ਜਿਹੜੀ ਟੀਮ ਵਰਲਡ ਕੱਪ ਦੇ ਵਿੱਚ ਬਿਲਕੁਲ ਨਹੀਂ ਚੱਲਦੀ ਪਈ ਜਦੋਂ ਉਸ ਟੀਮ ਦਾ ਸਾਡੇ ਪਾਕਿਸਤਾਨ ਦੇ ਨਾਲ ਮੈਚ ਪਿਆ ਉਹਨਾਂ ਦੀ ਬੈਟਿੰਗ ਲਾਈਨ ਜਨਾਬ ਵਾਲੀ ਉਹ ਛੱਕੇ ਮਾਰੇ ਉਹ ਛੱਕੇ ਮਾਰੇ ਸਾਡੀ ਟੀਮ ਦੇ ਉਹਨਾਂ ਛੱਕੇ ਛੁੜਾ ਦੇ अच्छा भाईजान आज बड़ी टोपी बड़ी शर्ट बड़ा बैट शैट किदे दी तैयारियां ए ए टोपी ਦਾ ਨਾਂ ਨਹੀਂ ਲੈਣਾ ਸ਼ਰਟ ਮੈਂ ਪਾਈ ਹੋਈ ਹੈ ਤੇ ਕਿਦੇ ਦੀਆਂ ਤਿਆਰੀਆਂ ਕਿਦੇ ਦੀਆਂ ਨਾ ਵਰਲਡ ਕੱਪ ਖੇਡਣ ਜਾਊਂਾ ਵਰਲਡ ਕੱਪ ਤੁਸੀਂ ਕਿਵੇਂ ਖੇਡ ਸਕਦੇ ਹੋ ਭਾਈ ਤੂੰ ਕੀ ਸਮਝਿਆ ਵੀ ਬਾਬਰ ਆਜ਼ਮ ਦੇ ਸਿਰਫ 11 ਬੇਲੀਨ ਮੈਂ ਵੀ ਆ ਤੇ ਉਸ ਆਖਿਆ ਜਾ ਤੈਨੂੰ ਵੀ ਖਿਡਾ ਦੇਂਦਾ ਮੈਂ ਤਿਆਰੀ ਨੱਪ ਲਈਏ ਜਾਊਂਾ ਨਹੀਂ ਬਾਬਰ ਅਜ਼ਮ ਜੁਬੇਲੀ ਖਿਡਾਿੰਦਾ ਪਿਆ ਤਾਉਨੂੰ ਚੀਫ ਸਿਲੈਕਟਰ ਕੁਝ ਨਹੀਂ ਆਦਾ ਪਿਆ ਯਾਰ ਤੂੰ ਕੀ ਕਰੇਂਦਾ ਪਿਆ ਟੀਮ ਹਰਦੀ ਪਈ ਹੈ ਕੀ ਕਰੇਂਦਾ ਪਿਆ ਚੀਫ ਸਿਲੈਕਟਰ ਦਾ ਕਿਹੜਾ ਰੋਲ ਹੈ ਹੋ ਸਕਿਆ ਆਪਣੇ ਬਤਰੀਏ ਖਿਡਾਈ ਰੱਖੋ ਤੇ ਪਾਕਿਸਤਾਨੀ ਟੀਮ ਦਾ ਅੱਲਾ ਬੈਲੀ ਹੈ ਅੱਛਾ ਤਾਂ ਹੀ ਮੁਰ ਚੀਫ ਸਿਲੈਕਟਰ ਜਿਹੜਾ ਹੈ ਉਹ ਅਸਤੀਫਾ ਵੀ ਦੇ ਗਿਆ ਕਹਾਂ ਖਿਆ ਅਸਤੀਫਾ ਦੇ ਗਿਆ ਉਹ ਤਾਂ ਸਰੋਜ਼ਾ ਲਾਉਣ ਗਿਆ ਹਾਟੇ ਆਉਣਾ ਸੋ ਅੱਛਾ ਤੇ ਚੀਫ ਸਿਲੈਕਟਰ ਸਾਹਿਬ ਜੁਣ ਵਗ ਗਿਆ ਤਾਂ ਨੰਦੀ ਜਗ੍ਹਾ ਤੇ ਨਿਗਰਾਨ ਚੀਫ ਸਿਲੈਕਟਰ ਕੌਣ ਆਇਆ ਬਾਬਰ ਦੇ ਹੋਨੇ ਆ ਨਿਗਰਾਨ ਚੀਫ ਸਿਲੈਕਟਰ ਦੀ ਕੀ ਲੋਡ ਚੀਫ ਸੈਲੈਕਟਰ ਦੀ ਦੋਨਾਂ ਨੂੰ ਲੋਡ ਹੁੰਦੀ ਹੈ ਜਿਨ੍ਹਾਂ ਕੋਈ ਕਾਰਗirdਗੀ ਵੀ ਖਾਉਣੀ ਹੋਵੇ ਅਸਾਂ ਕੋਈ ਕਾਰਗirdਗੀ ਵੀ ਖਾਉਣੀ ਹੁੰਦੀ ਹੈ ਅਸਾਂ ਤਾਂ ਦੋਹਾਂ ਨੂੰ ਸਪੋਰਟ ਕਰਨਾ ਹੁੰਦਾ ਨਾਲੇ ਤੁਸੀਂ ਨਿਗਰਾਨ ਦੀ ਗੱਲ ਕਰਦੇ ਪਿਓ ਇਹ ਜਿਹੜਾ ਤੁਸੀਂ ਨਿਗਰਾਨ ਵਜ਼ੀਰ ਆਜ਼ਮ ਲਾਏ ਹੋਏ ਉਹਨੇ ਕੋਲ ਕਦੀ ਕਿਸੇ ਪੁੱਛਿਆ ਵੀ ਤੇਰੀ ਕੀ ਪਰਫਾਰਮੈਂਸ ਹੈ ਤੇਰੀ ਕੀ ਕਾਰਗirdਗੀ ਹੈ ਸਿਵਾਏ ਸੈਲਫੀਆਂ ਦੇ ਜੇ ਸੈਲਫੀਆਂ ਦੀ ਗੱਲ ਕਰੋ ਤੇ ਉਹ ਤਾਂ ਮੋੜ ਸਾਡੇ ਛੋਰ ਬੜੀਆਂ ਸੋਹਣੀਆਂ ਲੈ ਲੈਂਦੇ ਜੇ ਸੈਲਫੀਆਂ ਦਾ ਵਰਲਡ ਕੱਪ ਹੋਵੇ ਤਾਂ ਯਕੀਨ ਮੰਨ ਹਰ ਵਾਰੀ ਵਰਲਡ ਕੱਪ ਸਾਡਾ ਹੈ ਇਹ ਤਾਂ ਕੋਈ ਜਿੱਤ ਹੀ ਨਹੀਂ ਸਕਦਾ ਯਾਰ ਮੈਨੂੰ ਸਮਝ ਨਹੀਂ ਆ ਰਹੀ بابر ਨੂੰ ਕੋ ਪੁੱਛਣ ਦਸਣ ਵਾਲਾ ਕੋਈ ਨਹੀਂ ਕੋ ਉਸ ਤੋਂ ਪੁੱਛਦਾ ਕੋਈ ਨਹੀਂ ਵੀ ਕੀ ਕਾਰ ਕਰਦਗੀ ਵੀ ਕਹਿੰਦਾ ਵੇ ਹਾਂ ਬਿਲਕੁਲ ਹੈ ਆਪਣਾ ਵਜ਼ੀਰ ਆਜ਼ਮ ਉਸ ਬਾਬਰ ਆਜ਼ਮ ਨੇ ਫੋਨ ਕੀਤਾ ਉਸ ਆਖਿਆ ਮੈਂ ਤੇ ਇਥੇ ਮੋਤਮੈਨ ਆ ਗੋ ਬਾਬਰ ਆਜ਼ਮ ਯਾਖਿਆ ਮੈਂ ਵੀ ਜੀ ਤੋ ਇਥੇ ਮੋਤਮੈਨ ਹੁਣ ਤੂੰ ਮੈਨੂੰ ਇਹ ਦੱਸੋ ਆਜ਼ਮ ਆਜ਼ਮ ਦੇ ਮੋਤਮੈਨ ਤੇ ਮੜ ਤੁਹਾਨੂੰ ਕੀ ਮੋੜੇ ਉਹ ਗੱਲ ਹੋਈ ਨਾ ਮੀਆਂ بیوی ਰਾਜ਼ੀ ਤੇ ਕੀ ਕਰੇ ਸੀ ਕਾਜ਼ੀ ਅੱਛਾ ਤੁਹਾਡਾ ਦਿਲ ਨਹੀਂ ਕਰਦਾ ਵੀ ਅਸੀਂ ਵਰਲਡ ਕੱਪ ਜਿੱਤੀਏ ਵਰਲਡ ਕੱਪ ਜਿੱਤ ਕੇ ਸਾਡੇ ਮੋਲਕ ਚਾਵੇ ਹਾਂ ਬਿਲਕੁਲ ਕਰਦਾ ਹੈ ਕਿਉਂ ਨਹੀਂ ਕਰਦਾ ਸਾਡਾ ਵੀ ਦਿਲ ਕਰਦਾ ਸਾਡੇ ਮੋਲਕ 'ਚ ਵਰਲਡ ਕੱਪ ਆ ਜਾਵੇ 92 ਤੋਂ ਪਿੱਛੇ ਤਾਂ ਸਾਨੂੰ ਕਿਸੇ ਘਾ ਵੀ ਨਹੀਂ ਪਾਇਆ ਹੁਣ ਤੂੰ ਇਹ ਵੇਖੋ ਬਜੇਸ ਵੇਲੇ ਸਾਰੀ ਕੌਮ ਦੁਆਇਂ ਪੇ ਮੰਗਦੀ ਏ ਯਾ ਅੱਲਾ ਸਾਡੀ ਟੀਮ ਨੂੰ ਸੈਮੀਫਾਈਨਲ 'ਚ ਪਹੁੰਚਾ ਦੇਵੀਂ ਯਾ ਅੱਲਾ ਸਾਡੀ ਟੀਮ ਨੂੰ ਸੈਮੀਫਾਈਨਲ 'ਚ ਪਹੁੰਚਾ ਦੇਵੀਂ ਹੁਣ ਜਿਸ ਵੇਲੇ ਸਾਰੀ ਕੌਮ ਸੈਮੀਫਾਈਨਲ ਤੇ ਡੱਠੀ ਪਈ ਏ ਹੁਣ ਤੁਸੀਂ ਮੈਨੂੰ ਇਹ ਦੱਸੋ ਬੇ ਛੋਰਾ ਸਾਡੇਆਂ ਫਾਈਨਲ ਕਿਵੇਂ ਜਿੱਤਣਾ ਹੈ ਅੱਛਾ ਭਾਈ ਇਤਨੇ ਮੈਚ ਹਾਰਨ ਤੋਂ ਬਾਅਦ ਵੀ ਮੈਨੂੰ ਤੁਸੀਂ ਰਾਜੀ ਨਜ਼ਰ ਆ ਰਹੇ ਖੁਸ਼ ਹੋ ਕਿਵੇਂ ਕਿਉਂ ਉਹ ਯਾਰ ਮੈਂ ਤਾਂ ਤੂੰ ਕਮਲਾ ਲੱਗਦਾ ਜਿਹੜਾ ਕਮਲੇ ਕਮਲੇ ਸਵਾਲ ਕਰਦਾ ਤੂੰ ਇਹ ਦੱਸ ਉਹ ਸਾਡੀ ਉਹ ਟੀਮ ਹੈ ਬਸਾਂਈ ਤੋੜ ਆ ਕੇ ਸਾਡੇ ਨਾਲ ਖੇਡੇ ਬਗੈਰ ਵਾਪਸ ਵਗ ਜਾਂਦੇ ਨੇ ਤੇ ਇਹ ਤਾਂ ਮੁੜ ਵਰਲਡ ਕੱਪ ਖੇਡਣ ਗਏ ਨੇ ਸ਼ੁਕਰ ਕਰ ਭਈ ਇਹ ਸਾਡੇ ਨਾਲ ਕੋਈ ਵਰਲਡ ਕੱਪ ਖੇਡਦਾ ਪਿਆ ਅਸੀਂ ਤਾਂ ਇਸ ਗੱਲ ਤੇ ਬਹੁਤ ਰਾਜੀ ਆਏ ਉਹ ਸਾਡੇ ਨਾਲ ਤਾਂ ਕੋਈ ਆਮ ਮੈਚ ਲਾ ਲਵੇ ਤਾਂ ਅਸੀਂ ਭੰਗੜੇ ਮਰੇਨੇ ਆ ਇਹ ਤਾਂ ਮੁੜ ਵਰਲਡ ਕੱਪ ਤੇ ਰਾਜੀ ਹੋਣਾ ਤਾਂ ਬਣਦਾ ਅੱਛਾ ਇਹਦਾ ਮਤਲਬ ਹੈ ਤੁਹਾਡੀ ਖੁਸ਼ੀ ਦਾ ਰਾਜ਼ ਹੈ ਨਹੀਂ ਨਹੀਂ ਮੇਰੀ ਖੁਸ਼ੀ ਦਾ ਇੱਕ ਹੋਰ ਰਾਜ਼ ਵੀ ਹੈ ਆਪਸ ਦੀ ਗੱਲ ਇਹ ਮੇਰਾ ਕਾਰੋਬਾਰ ਹੈ ਕਬਾੜ ਦਾ ਇਹ ਹੁਣ ਵਾਪਸ ਆਉਂਦੇ ਪੈਨ ਮੈਂ ਇਹਨਾਂ ਨੂੰ ਕਬਾੜ ਚ ਵੇਚ ਕਰਨਾ ਲੋਏ ਲੈ ਲੈਣ ਤੋਂ ਬਾਬਰ ਲੈ ਲਓ ਸੁੱਕੀਆਂ ਰੋਟੀਆਂ ਤੋਂ ਨਸੀਮ ਲੈ ਲਓ ਪਲਾਸਟਿਕ ਦੀਆਂ ਛਈਆਂ ਤੋਂ ਸ਼ੈਨ ਲੈ ਲਓ ਵੈਸੇ ਮੇਰਾ ਇੱਕ مشਵਰਾ ਹੈ ਇਤਨੇ ਸਾਲਾਂ ਤੋਂ 1992 ਤੋਂ ਪਿੱਛੇ ਤਿਆਰੀਆਂ ਕਰਦੀ ਪਈਏ ਵਰਲਡ ਕੱਪ ਜਿੱਤਣ ਦੀਆਂ ਤੇ ਅੱਜ ਤਾਈਂ ਨਹੀਂ ਜਿੱਤ ਸਕੀ ਇਹਨਾਂ ਨੂੰ ਬੰਦਾ ਕਬਾੜ ਚ ਲੈ ਕੇ ਫੱਟੇ 25 ਸਾਲਾਂ